हाँ जी, बैड न्यूज़ ये कि जिहड़ियां हुण फ्लाइटां इंग्लैंड तों जिवें पुर्तगाल तों जिहड़े जा रहे हैं जां साउथ अमेरिका तों हुण इंग्लैंड नूं जा रहे हैं तां उह फ्लाइटां ही अज तों कैंसल कर दित्तियां गईआं इंग्लैंड दे वल्लों। ते नवें कानून जिवें कि 16 तों लै के ही 16 जनवरी तों लै के 5 मार्च तक इटली दे विच नवें कानून जिहड़े हैगे आ जी उह बण चुके आ। ते जिहड़ी कुछ रंगां दी अपडेट आउणे वाली आ वी जिहड़े कलर्स आ वी किहड़े ज़ोने नूं किहड़ा कलर दित्ता जाऊगा, किहड़ी स्टेट नूं किहड़ा ਕਿਹੜਾ ਕਲਰ ਦਿੱਤਾ ਜਾਊਗਾ ਉਹ ਅਪਡੇਟ ਰਹਿੰਦੀ ਆ। ਅਤੇ ਇਹਦੇ ਨਾਲ ਹੀ ਕੁਛ ਹੋਰ ਖਾਸ ਖਬਰਾਂ ਉਹ ਤੁਹਾਨੂੰ ਦੱਸਾਂਗੇ। ਅਤੇ ਜਿਹੜੀ ਐਮਰਜੈਂਸੀ ਆ ਵੀ ਸਤਾਤੋ ਦੀ ਐਮਰਜੈਂਸੀ ਜਿਵੇਂ ਉਹ 30 ਅਪ੍ਰੈਲ ਤੱਕ ਹੁਣ ਵਧਾ ਦਿੱਤੀ ਗਈ ਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਜੀ ਕਿਵੇਂ ਹੋਈ? ਸਾਰੇ ਵਧੀਆ ਜੀ, ਠੀਕ ਠਾਕ ਜੀ। ਅਤੇ ਸਭ ਤੋਂ ਪਹਿਲਾਂ ਜੀ ਆਪਾਂ ਦੇਖਦੇ ਹਾਂ ਇਟਲੀ ਦੀ ਸਿਚੁਏਸ਼ਨ, ਜਿਹੜੇ ਪਿਛਲੇ 24 ਘੰਟਿਆਂ ਦੇ ਵਿੱਚ ਨਵੇਂ ਕੇਸ ਆਏ ਆ। ਅਤੇ ਉਸ ਤੋਂ ਬਾਅਦ ਤੁਹਾਨੂੰ ਇਹ ਜਿਹੜੀਆਂ ਕੁਛ ਖਾਸ ਖਬਰਾਂ ਇਹ ਆਪਾਂ ਤੁਹਾਨੂੰ ਦੱਸਾਂਗੇ ਜਿਹੜੀ ਅਪਡੇਟ ਆਈ ਆ। ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਹੈਗਾ ਤਾਂ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈੱਲ ਆਈਕਨ ਨੂੰ ਦਬਾ ਲਿਓ ਤਾਂ ਕਿ ਜਿਹੜੀ ਵੀਡੀਓ ਦੀ ਨੋਟੀਫਿਕੇਸ਼ਨ ਆਈ ਉਹ ਤੁਹਾਨੂੰ ਬੈੱਲ ਆਈਕਨ ਦਬਾਏ ਤੋਂ ਹੀ ਆਉਣੀ ਆ। ਜੇ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਤਾਂ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ, ਅਤੇ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ। ਅਤੇ ਹੁਣ ਆਪਾਂ ਦੇਖਦੇ ਹਾਂ ਜੀ ਜਿਹੜੇ ਪਿਛਲੇ ਘੰਟੇ ਦੇ ਪਿਛਲੇ 24 ਘੰਟਿਆਂ ਦੇ ਵਿੱਚ ਜਿਹੜੇ ਇਟਲੀ ਦੇ ਵਿੱਚ ਜਿਹੜੇ ਟੈਸਟ ਕੀਤੇ ਗਏ ਆ ਜੀ ਉਹ 1,60,585 ਬੰਦੇ ਦੇ ਵੀ ਟੈਸਟ ਕੀਤੇ ਗਏ ਆ। ਅਤੇ ਜੇ ਹੁਣ ਇਟਲੀ ਦੀ ਗੱਲ ਕੀਤੀ ਜਾਵੇ ਤਾਂ ਜੀ ਇਟਲੀ ਆਲ ਵਰਲਡ ਦੇ ਵਿੱਚ 8ਵੇਂ ਨੰਬਰ 'ਤੇ ਆ, ਜਿੱਥੇ ਕਿ ਜਿਵੇਂ ਹੁਣ ਕੇਸਾਂ ਦੇ ਮਾਮਲੇ ਦੇ ਵਿੱਚ ਤਾਂ ਇਟਲੀ ਦੇ ਵਿੱਚ ਜਿਹੜੇ ਟੋਟਲ ਕੇਸ ਆ ਜੀ ਉਹ 23,36,279 ਇਸ ਟਾਈਮ ਜੀ ਟੋਟਲ ਕੇਸ ਆ। ਅਤੇ ਜਿਹੜੇ ਨਿਊ ਕੇਸ ਆਏ ਆ ਜੀ ਪਿਛਲੇ 24 ਘੰਟਿਆਂ ਦੇ ਵਿੱਚ ਤਕਰੀਬਨ 17,246 ਨਵੇਂ ਕੇਸ ਆਏ ਆ। ਅਤੇ ਜਿਹੜੀ ਡੈੱਥ ਹੋਈ ਆ ਜੀ ਉਹ 522 ਜਣਿਆਂ ਦੀ ਡੈੱਥ ਹੋਈ ਆ। ਅਤੇ ਹੁਣ ਤੱਕ ਜਿਹੜੀ ਡੈੱਥ ਆਈ ਟੋਟਲ ਡੈੱਥ ਉਹ 80,848 ਜਣਿਆਂ ਦੀ ਟੋਟਲ ਡੈੱਥ ਹੋ ਚੁੱਕੀ ਆ। ਅਤੇ ਜਿਹੜੇ ਹੀ ਠੀਕ ਹੋਏ ਆ 16,94,051 ਬੰਦਾ ਠੀਕ ਹੋ ਚੁੱਕਿਆ। ਅਤੇ ਐਕਟਿਵ ਕੇਸਾਂ ਦੀ ਗੱਲ ਕਰੀਏ ਤਾਂ ਜੀ 5,61,380 ਇਸ ਟਾਈਮ ਇਟਲੀ ਦੇ ਵਿੱਚ ਐਕਟਿਵ ਕੇਸ ਆ। ਅਤੇ ਜਿਹੜੇ ਆਈ ਸੀ ਯੂ ਦੇ ਵਿੱਚ ਆ ਤਾਂ ਜੀ ਉਹ 2,557 ਬੰਦਾ ਇਸ ਟਾਈਮ ਜੀ ਆਈ ਸੀ ਯੂ ਦੇ ਵਿੱਚ ਆ, ਵੀ ਸੀਰੀਅਸ ਕੰਡੀਸ਼ਨ ਦੇ ਵਿੱਚ ਆ। ਅਤੇ ਇਸ ਤੋਂ ਬਾਅਦ ਹੀ ਆਪਾਂ ਹੁਣ ਗੱਲ ਕਰੀਏ ਵੀ ਜਿਹੜੀ ਇਟਲੀ ਦੇ ਵਿੱਚ ਹੁਣ ਵੈਕਸੀਨ ਲਗਾਈ ਜਾ ਚੁੱਕੀ ਆ ਤਾਂ ਜੀ ਉਹ ਤਕਰੀਬਨ 9,10,000 ਬੰਦਿਆਂ ਦੀ ਜਿਹੜੀ ਵੈਕਸੀਨ ਆਈ ਇਹ ਲੱਗ ਚੁੱਕੀ ਆ। ਸਾਰੇ ਇਟਲੀ ਦੀ ਆਪਾਂ ਗੱਲ ਕਰਦੇ ਹਾਂ। ਵੈਕਸੀਨ ਜੀ ਜਰਮਨ ਦੇ ਵਿੱਚ ਦੇਖੀਏ ਤਾਂ ਜਰਮਨ ਦੇ ਵਿੱਚ ਵੀ ਜਿਹੜੀ ਵੈਕਸੀਨ ਲਗਾਈ ਜਾ ਚੁੱਕੀ ਆ ਤਾਂ ਜੀ ਵੈਕਸੀਨ ਜਰਮਨ ਦੇ ਵਿੱਚ ਤਕਰੀਬਨ 8.5 ਲੱਖ ਬੰਦਿਆਂ ਦੇ ਜਿਹੜੀ ਵੈਕਸੀਨ ਆਈ ਆ ਉੱਥੇ ਵੀ ਇਹ ਲੱਗ ਚੁੱਕੀ ਆ। ਅਤੇ ਜਿਵੇਂ ਇਟਲੀ ਦੇ ਵਿੱਚ ਪਹਿਲਾਂ ਹੀ ਜੁਰਮਾਨੇ ਮੂਲ 'ਤੇ ਕਾਫੀ ਜ਼ਿਆਦਾ ਕੀਤੇ ਗਏ ਸੀਗੇ ਤਾਂ ਇੱਦਾਂ ਹੀ ਜਿਹੜੀ ਹੁਣ ਜਰਮਨ ਦੇ ਵਿੱਚ ਵੀ ਕਾਫੀ ਜ਼ਿਆਦਾ ਕੰਟਰੋਲ, ਕਾਫੀ ਜ਼ਿਆਦਾ ਸਖਤਾਈ ਹੋਈ ਹੋਈ ਆ, ਉੱਥੇ ਦੀ ਪੁਲਿਸ ਨੇ ਪੂਰਾ ਕੰਮ ਖਿੱਚ ਕੇ ਰੱਖਿਆ ਹੋਇਆ ਤਾਂ ਉੱਥੇ ਵੀ ਜਿਹੜੇ ਹੀ ਹੁਣ ਮੂਲ 'ਤੇ ਜੁਰਮਾਨੇ ਵਗੈਰਾ ਕੀਤੇ ਆ ਤਾਂ ਹੀ ਤਕਰੀਬਨ ਦੱਸਿਆ ਜਾ ਰਿਹਾ ਜੀ ਤਕਰੀਬਨ 700 ਬੰਦਿਆਂ ਨੂੰ ਉੱਥੇ ਜਿਹੜੇ ਜੁਰਮਾਨੇ ਕੀਤੇ ਗਏ ਆ ਵੀ ਜਿਹੜੇ ਕਾਨੂੰਨਾਂ ਦੀ ਉਲੰਘਣਾ ਕਰਦੇ ਸੀਗੇ, ਰੂਲਸ ਨੂੰ ਫੋਲੋ ਨਹੀਂ ਤੇ ਕਰਦੇ ਤਾਂ ਉਹਨਾਂ ਨੂੰ ਇਹ ਜੁਰਮਾਨੇ ਕੀਤੇ ਗਏ ਆ। ਇਟਲੀ ਦੇ ਵਿੱਚ ਵੀ ਹੁਣ ਪਿਛਲੇ ਦਿਨੀ ਆਪਾਂ ਨੇ ਤੁਹਾਨੂੰ ਕਾਫੀ ਅਪਡੇਟ ਦਿੱਤੀਆਂ ਜੀ, ਬਾਰ ਵਿੱਚ ਵੀ ਜਿਹੜੇ ਜੁਰਮਾਨੇ ਕੀਤੇ ਗਏ ਆ, ਬਾਰਾਂ ਨੂੰ ਵੀ ਬੰਦ ਕੀਤਾ ਗਿਆ ਜੀ 5 ਦਿਨਾਂ ਦੇ ਲਈ, ਤਾਂ ਵੀ ਜਿਹੜੇ ਹੁਣ ਇੱਥੇ ਜਿਹੜਾ ਜੁਰਮਾਨਾ ਕੀਤਾ ਜਾਂਦਾ ਜੀ ਤਕਰੀਬਨ ਉਹ 400 ਯੂਰੋ ਤੋਂ ਘੱਟ ਨਹੀਂ ਕਰਦੇ ਹੈਗੇ, ਤਕਰੀਬਨ 400 ਯੂਰੋ ਤੋਂ ਲੈ ਕੇ 1,000 ਯੂਰੋ ਤੱਕ ਜਿਹੜੇ ਜੁਰਮਾਨੇ ਹੁੰਦੇ ਆ ਜੀ ਇਟਲੀ ਦੇ ਵਿੱਚ। ਵੀ ਤੁਸੀਂ ਵੀ ਇੱਦਾਂ ਦਾ ਜੀ ਆਪਣੇ ਰੂਲਸ ਨੂੰ ਫੋਲੋ ਕਰੇ ਕਰੋ, ਜੇ ਕਿਤੇ ਬਾਹਰ ਅੰਦਰ ਹੁਣ ਜਾਣਾ ਵੀ ਆ ਤਾਂ ਜੀ ਆਟੋ ਛੱਤੀ ਪਾਸੇ ਉਹਨੇ ਭਰ ਕੇ ਆਪਣਾ ਸਹੀ ਮਤੀਬ ਉਹ ਭਰ ਕੇ ਵੀ ਜਿਹੜਾ ਪੁਲਿਸ ਵਾਲਿਆਂ ਨੂੰ ਲੱਗੇ ਜਾਂ ਤੁਹਾਨੂੰ ਚੈੱਕ ਕਰਨ ਉਹ ਵੀ ਹਾਂ ਵੀ ਇਹ ਬੰਦੇ ਨੇ ਕੁਛ ਫੇਕ ਨਹੀਂ ਭਰਿਆ ਹੋਇਆ ਵਿੱਚ, ਤਾਂ ਉਹੀ ਪ੍ਰੋਪਰ ਭਰੇ ਕਰੋ ਜਿੱਥੇ ਤੁਸੀਂ ਜਾ ਰਹੇ ਆ, ਤਾਂ ਕਿ ਜਿਹੜਾ ਤੁਸੀਂ ਡਿੱਕੇ ਨਾ ਚੜ੍ਹ ਸਕੋ ਵੀ ਤੁਹਾਨੂੰ ਬਿਨਾਂ ਮਤਲਬ 'ਤੇ ਹੀ ਡਨ ਨਾ ਦੇਣਾ ਪਵੇ। ਅਤੇ ਹੁਣ ਇਸ ਤੋਂ ਬਾਅਦ ਹੀ ਆਪਾਂ ਹੁਣ ਗੱਲ ਕਰਦੇ ਹਾਂ ਜੀ ਫਲੈਟਾਂ ਬਾਰੇ, ਕਿਉਂਕਿ ਹੁਣ ਫਲੈਟਾਂ 'ਤੇ ਵੀ ਕਾਫੀ ਜ਼ਿਆਦਾ ਡਿਸਕਾਊਂਟ ਚੱਲ ਰਿਹਾ ਜੀ, ਕਾਫੀ ਜ਼ਿਆਦਾ ਵੀ ਤੁਹਾਨੂੰ ਔਫਰ ਮਿਲ ਰਹੀ ਆ ਜੀ ਫਲੈਟਾਂ ਦੇ ਵਿੱਚ। ਜੇ ਤੁਸੀਂ ਇੰਡੀਆ ਜਾਣਾ ਚਾਹੁੰਦੇ ਆ ਜਾਂ ਫਿਰ ਇੰਡੀਆ ਤੋਂ ਆਉਣਾ ਚਾਹੁੰਦੇ ਆ ਤਾਂ ਤੁਸੀਂ ਸਕਰੀਨ 'ਤੇ ਨੰਬਰ ਦਿੱਤੇ ਹੋਏ ਆ ਜਿਹੜੇ, ਇਹ ਨੰਬਰਾਂ 'ਤੇ ਕਾਲ ਕਰਕੇ ਹੀ ਇਹਨਾਂ ਤੋਂ ਇਨਫੋਰਮੇਸ਼ਨ ਲੈ ਸਕਦੇ ਆ। ਅਤੇ ਇਹਦੇ ਨਾਲ ਹੀ ਹੁਣ ਜਿਹੜਾ ਵੱਡਾ ਅਪਡੇਟ ਆਈ ਉਹ ਇੰਗਲੈਂਡ ਤੋਂ ਆ ਰਿਹਾ ਜੀ। ਇੰਗਲੈਂਡ ਨੇ ਵੀ ਜਿਹੜੀਆਂ ਹੁਣ ਆਪਣੀਆਂ ਫਲੈਟਾਂ ਜੀ ਜਿਹੜੀਆਂ ਜਿਵੇਂ ਪੁਰਤਗਾਲ ਤੋਂ ਆ ਰਹੀਆਂ ਜਾਂ ਜਿਹੜੀ ਸਾਊਥ ਅਮਰੀਕਾ ਤੋਂ ਜਿਹੜੀਆਂ ਫਲੈਟਾਂ ਆ ਰਹੀਆਂ ਤਾਂ ਉਹਨਾਂ ਨੂੰ ਅੱਜ ਤੋਂ ਬੰਦ ਕਰ ਦਿੱਤਾ ਗਿਆ ਜੀ ਇਹ COVID-19 ਦੇ ਕਰਕੇ। ਜਿਵੇਂ ਬ੍ਰਾਜ਼ੀਲ ਦੇ ਵਿੱਚ ਜਿਹੜੇ ਕੁਛ ਨਵਾਂ ਵਾਇਰਸ ਪਾਇਆ ਗਿਆ ਤਾਂ ਉਹਦੇ ਡਰ ਤੋਂ ਵੀ ਆਪਾਂ ਰੱਖ ਸਕਦੇ ਹਾਂ ਵੀ ਇਹ ਜਿਹੜੀਆਂ ਫਲੈਟਾਂ ਬੰਦ ਕਰ ਦਿੱਤੀਆਂ ਗਈਆਂ ਅੱਜ ਤੋਂ, ਜਿਹੜੀਆਂ ਇਹ ਸਾਰੀਆਂ ਫਲੈਟਾਂ ਜੀ ਇਹ ਰੱਦ ਕਰ ਦਿੱਤੀਆਂ ਗਈਆਂ ਵੀ ਜਿਹੜੀਆਂ ਇੰਗਲੈਂਡ ਨੂੰ ਜਾ ਰਹੀਆਂ ਸੀਗੀਆਂ ਜੀ ਇਹ ਪੁਰਤਗਾਲ ਅਤੇ ਸਾਊਥ ਅਮਰੀਕਾ ਤੋਂ। ਅਤੇ ਹੁਣ ਇਸ ਤੋਂ ਬਾਅਦ ਹੀ ਆਪਾਂ ਗੱਲ ਕਰੀਏ ਜੀ ਨਵੇਂ ਕਾਨੂੰਨ ਜਿਹੜੇ 16 ਜਨਵਰੀ ਤੋਂ ਲੈ ਕੇ 5 ਮਾਰਚ ਤੱਕ ਜਿਹੜੇ ਹੁਣ
ਨਵੇਂ ਕਾਨੂੰਨ ਬਣੇ ਆ ਅਤੇ ਇਹਦੇ ਵਿੱਚ ਤਕਰੀਬਨ ਆਲਮੋਸਟ ਜੀ ਸਾਰਾ ਕੁਛ ਸੇਮ ਹੀ ਆ, ਕੋਈ ਜ਼ਿਆਦਾ ਫਰਕ ਨਹੀਂ ਹੈਗਾ। ਇੱਕ ਇਹਦੇ ਵਿੱਚ ਜਿਹੜੀ ਹੁਣ ਪਾਬੰਦੀ ਲਗਾਈ ਗਈ ਆ ਵੀ ਜਿਹੜਾ ਤੁਸੀਂ ਸ਼ਾਮ ਦੇ 6 ਵਜੇ ਤੋਂ ਹੀ ਦੂਜੀ ਸਟੇਟ ਦੇ ਵਿੱਚ ਜਾ ਨਹੀਂ ਸਕਦੇ ਹੈਗੇ, ਅਤੇ ਜਿਹੜੇ ਬਾਰ ਅਤੇ ਰੈਸਟੋਰੈਂਟ ਵੀ ਉਹ ਵੀ ਸ਼ਾਮ ਦੇ 6 ਵਜੇ ਤੋਂ ਜਿਵੇਂ ਹੀ ਪਹਿਲਾਂ ਆਏ ਸੀਗਾ ਵੀ ਤੁਸੀਂ ਪਿਕਅਪ ਕਰ ਸਕਦੇ ਆ, ਅਤੇ ਉਹਨਾਂ ਨੂੰ ਹੁਣ ਬੰਦ ਕਰ ਦਿੱਤਾ ਗਿਆ ਜੀ ਔਡਰ। ਤੁਸੀਂ ਉਹ ਆਪਣਾ ਫੋਨ ਕਰਕੇ ਔਡਰ ਨਹੀਂ ਦੇ ਸਕਦੇ ਵੀ ਤੁਸੀਂ ਹਨੇਰੇ ਹੁੰਦੇ ਤੱਕ ਵੀ 6 ਵਜੇ ਤੋਂ ਬਾਅਦ ਤੁਸੀਂ ਪਿਕਅਪ ਨਹੀਂ ਕਰ ਸਕਦੇ। ਤਾਂ ਇਹਦੇ ਵਿੱਚ ਇਹੀ ਜ਼ਿਆਦਾਤਰ ਤਬਦੀਲੀਆਂ ਆ ਰਹੀਆਂ, ਬਾਕੀ ਜਿਹੜਾ ਆਲਮੋਸਟ ਜਿਹੜੇ ਕਾਨੂੰਨ ਆ ਜੀ ਉਹ ਸਾਰੇ ਸੇਮ ਆ। ਅਤੇ ਹਜੇ ਜਿਹੜੇ ਕਲਰ ਜਿਵੇਂ ਜਿਹੜੇ ਰੰਗ ਆ ਵੀ ਉਹ ਕਿਹੜੀ ਸਟੇਟ ਨੂੰ ਕਿਹੜਾ ਕਲਰ ਦਿੱਤਾ ਜਾਊਗਾ, ਕਿਹੜੀ ਨੂੰ ਕਿਹੜਾ ਦਿੱਤਾ ਜਾਊਗਾ, ਉਹਨਾਂ ਦੀ ਹਜੇ ਅਪਡੇਟ ਆਉਣ ਤੋਂ ਰਹਿੰਦੀ ਆ। ਬਾਕੀ ਜਿਹੜੇ ਇਹ ਕਾਨੂੰਨ ਆ ਜੀ ਇਹ ਸਾਰੇ ਜਿਵੇਂ ਹੁਣ ਜਿਹੜੇ ਰੱਖੇ ਗਏ ਆ ਜੀ ਇਹ 16 ਜਨਵਰੀ ਤੋਂ ਲੈ ਕੇ 5 ਮਾਰਚ ਤੱਕ ਰੱਖੇ ਗਏ ਆ, ਅਤੇ ਜਿਹੜੀ ਹੁਣ 7 ਦੀ ਐਮਰਜੈਂਸੀ ਤਾਂ ਜੀ ਉਹਨੂੰ ਹੁਣ 30 ਅਪ੍ਰੈਲ ਤੱਕ ਕਰ ਦਿੱਤਾ ਗਿਆ। ਅਤੇ ਬਾਕੀ ਗੱਲਾਂ ਬਾਤਾਂ ਇਹ ਵੀ ਚੱਲ ਰਹੀਆਂ ਵੀ ਜਿੱਥੇ ਹੀ ਕੇਸ ਘੱਟ ਆਉਂਦੇ ਆ ਵੀ ਜਿੱਥੇ ਆਰਟੀ ਲੈਵਲ ਕਾਫੀ ਜ਼ਿਆਦਾ ਘੱਟ ਆ ਵੀ ਉਹ ਸਟੇਟ ਦਾ ਜਿਹੜਾ ਕਲਰ ਆ ਜੀ ਉਹ ਰੰਗ ਚਿੱਟਾ ਵੀ ਉਹਨੂੰ ਦੇ ਸਕਦੇ ਆ। ਵੀ ਜਿੱਥੇ ਉਦਾਹਰਣ ਦੇ ਤੌਰ 'ਤੇ ਜੀ 1 ਲੱਖ ਕੇਸ ਦੇ ਪਿੱਛੇ ਹੀ 50 ਕੇਸ ਪਾਏ ਜਾਂਦੇ ਆ, ਤਾਂ ਉਹ ਸਟੇਟ ਨੂੰ ਜਿਹੜਾ ਰੰਗ ਆ ਜੀ ਉਹ ਵੀ ਚਿੱਟਾ ਰੰਗ ਦੇ ਦਿੱਤਾ ਜਾਊਗਾ ਵੀ ਇੱਥੇ ਕੋਈ ਖਤਰਾ ਨਹੀਂ ਹੈਗਾ, ਵੀ ਜਿਹੜੇ ਉਹਦੇ ਉਹਨਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਵੇਂ ਰੂਲਸ ਲਾਗੂ ਨਹੀਂ ਹੋਊਗਾ, ਵੀ ਉਹ ਆਜ਼ਾਦ ਹੋਣਗੇ, ਵੀ ਉਹਨਾਂ ਨੂੰ ਚਿੱਟਾ ਰੰਗ ਦੇ ਦਿੱਤਾ ਜਾਊਗਾ ਜੀ ਉਹ ਸਟੇਟ ਨੂੰ। ਬਾਕੀ ਗੱਲ ਕਰੀਏ ਲੰਬਾਰਦੀਆ ਦੀ, ਲੰਬਾਰਦੀਆ ਤਾਂ ਜੀ ਲੱਗ ਰਿਹਾ ਵੀ ਜਿਹੜੀ ਇਹ ਰੈੱਡ ਜ਼ੋਨ ਦੇ ਵਿੱਚ ਆ ਸਕਦੇ ਆ ਜੀ ਮੁੜ ਕੇ, ਜਿਹੜੇ ਹੁਣ ਇਹਨਾਂ ਨੇ ਰੰਗ ਰੱਖਣੇ ਆ ਤਾਂ ਉਹਦੇ ਵਿੱਚ ਲੰਬਾਰਦੀਆ ਦੇ ਚਾਂਸ ਜ਼ਿਆਦਾ ਵੀ ਇਹ ਰੈੱਡ ਜ਼ੋਨ ਦੇ ਵਿੱਚ ਮੁੜ ਕੇ, ਕਿਉਂਕਿ ਇੱਥੇ ਜਿਹੜੇ ਕੇਸ ਆ ਜੀ ਤਕਰੀਬਨ ਸਾਰੀਆਂ ਸਟੇਟਾਂ ਨਾਲੋਂ ਵੱਧ ਹੀ ਲੰਬਾਰਦੀਆ ਦੇ ਵਿੱਚ ਆ ਰਹੇ ਆ, ਤਾਂ ਲੰਬਾਰਦੀਆ ਦਾ ਜਿਹੜਾ ਰੰਗ ਹੋਊਗਾ ਜੀ ਉਹ ਰੈੱਡ ਹੀ ਹੋਊਗਾ। ਅਤੇ ਜਿਵੇਂ ਹੁਣ 1 ਸਟੇਟ ਤੋਂ ਆਪਾਂ ਦੂਜੀ ਸਟੇਟ ਦੇ ਵਿੱਚ ਜਾ ਨਹੀਂ ਸਕਦੇ, ਜੇ ਤੁਹਾਡੇ ਕੋਈ ਮੇਨ ਤੁਹਾਡੇ ਕੋਲ ਕੋਈ ਮੇਨ ਮੋਟਿਵ ਹੋਊਗਾ ਜਾਂ ਮੇਨ ਕੋਈ ਵਜ੍ਹਾ ਹੋਊਗੀ ਤਾਂ ਹੀ ਤੁਸੀਂ ਜਾ ਸਕਦੇ ਆ, ਜਾਂ ਤੁਸੀਂ ਕੰਮ ਦੇ ਬੇਸ 'ਤੇ, ਜਾਂ ਤੁਹਾਨੂੰ ਕੋਈ ਐਮਰਜੈਂਸੀ ਆਉਂਦੀ ਹੈ, ਜਾਂ ਤੁਸੀਂ ਕਿਸੇ ਏਅਰਪੋਰਟ 'ਤੇ ਜਾਣਾ ਜੀ, ਤੁਸੀਂ ਆਪਣੇ ਬੰਦੇ ਨੂੰ ਲੈਣ ਜਾਣਾ, ਆਪਣੇ ਫੈਮਿਲੀ ਮੈਂਬਰ ਨੂੰ ਲੈਣ ਜਾਣਾ, ਤਾਂ ਤੁਹਾਡੇ ਕੋਲ ਇੱਦਾਂ ਦੀਆਂ ਕੋਈ ਵਜ੍ਹਾ ਹੋਣੀਆਂ ਚਾਹੀਦੀਆਂ ਵੀ ਜਿਹਦੇ ਨਾਲ ਉਹਨਾਂ ਨੂੰ ਲੱਗੇ ਵੀ ਪੁਲਿਸ ਵਾਲਿਆਂ ਨੂੰ ਵੀ ਲੱਗੇ ਵੀ ਕਾਰਬਨੇਟਿੰਗ ਨੂੰ ਲੱਗੇ ਕਿ ਇਹ ਬੰਦੇ ਤੋਂ ਬਾਹਰ ਨਿਕਲਣ ਤੋਂ ਵੀ ਜ਼ਰੂਰੀ ਸੀਗਾ, ਵੀ ਇਹ ਤਾਂ ਹੀ ਉੱਥੇ ਜਾ ਰਿਹਾ, ਵੀ ਤੁਹਾਡੇ ਕੋਲ ਇੱਦਾਂ ਦਾ ਕੋਈ ਮੋਟਿਵ ਹੋਣਾ ਚਾਹੀਦਾ। ਅਤੇ ਸਕੂਲਾਂ ਦੀ ਗੱਲ ਕਰੀਏ ਤਾਂ ਲੰਬਾਰਦੀਆ ਦੇ ਵਿੱਚ ਜਿਹੜੇ ਸਕੂਲ ਆ ਜੀ ਆਲਮੋਸਟ ਜੀ ਹੁਣ ਓਪਨ ਹੋ ਜਾਣੇ ਜੀ 18 ਜਿਵੇਂ ਜਨਵਰੀ ਤੋਂ ਜਿਹੜੇ ਸਕੂਲ ਆ ਜੀ ਸੋਮਵਾਰ ਤੋਂ ਜਿਹੜੇ ਸਕੂਲ ਆ ਜੀ ਦੱਸਿਆ ਜਾ ਰਿਹਾ ਵੀ ਹੁਣ ਬਿਨਾਂ ਕਿਸੇ ਪ੍ਰੋਬਲਮ ਤੋਂ, ਜਿਵੇਂ ਹੁਣ ਸਕੂਲਾਂ 'ਤੇ ਵੀ ਆ ਰਹੀ ਸੀਗੀ ਅਪਡੇਟ ਵੀ ਸ਼ਾਇਦ ਜਿਹੜੇ ਸਕੂਲ ਆ ਵੀ ਉਹ ਵੀ ਹੁਣ ਬੰਦ ਕਰ ਦੇਣੇ, ਪਰ ਬਾਕੀ ਜਿਹੜੀ ਹੁਣ ਅਪਡੇਟ ਆ ਰਹੀ ਆ ਜੀ ਇਹ ਸਕੂਲਾਂ 'ਤੇ ਅਪਡੇਟ ਗੁੱਡ ਨਿਊਜ਼ ਆ ਰਹੀ ਆ ਵੀ ਜਿਹੜੇ ਸਕੂਲ ਆ ਜੀ ਉਹ ਹੁਣ 18 ਜਨਵਰੀ ਤੋਂ ਇਹਨਾਂ ਨੇ ਓਪਨ ਕਰ ਦੇਣੀ ਲੰਬਾਰਦੀਆ ਦੇ ਵਿੱਚ। ਬਾਕੀ ਹਾਂਜੀ ਜਿਹੜੀ ਕੱਲ੍ਹ ਆਪਣੇ ਵੀਡੀਓ ਪਾਈ ਸੀਗੀ ਉਹਦੇ 'ਤੇ ਕਾਫੀ ਜ਼ਿਆਦਾ ਵੀਰਾਂ ਦੇ ਜਿਹੜੇ ਮੈਸੇਜ ਆ ਰਹੇ ਸੀਗੇ ਵੀ ਇਹ ਕਿਹੜੇ ਵੀ ਰਜ਼ੋਨੇ ਦੇ ਲਈ ਆ ਜੀ ਲੰਬਾਰਦੀਆ ਦੇ ਲਈ ਆ। ਹਾਂਜੀ ਤੁਸੀਂ ਲੰਬਾਰਦੀਆ 'ਚ ਰਹਿੰਦੇ ਆ, ਤੁਸੀਂ ਕਿਸੇ ਵੀ ਜਿਵੇਂ ਸ਼ਹਿਰ 'ਚ ਰਹਿੰਦੇ ਆ ਤਾਂ ਤੁਸੀਂ ਜਿਹੜਾ ਕਾਲ ਕਰਕੇ ਜੇ ਤੁਹਾਡੇ ਪੈਸੇ ਨਹੀਂ ਮਿਲੇ ਬੱਚਿਆਂ ਨੂੰ 210 ਰੁਪਏ ਜਿਹੜਾ ਕਿਤਾਬਾਂ ਦਾ, ਤਾਂ ਤੁਸੀਂ ਇਹ ਨੰਬਰ 'ਤੇ ਹੀ ਕਾਲ ਜਿਹੜਾ ਆਪਾਂ ਨੇ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਨੰਬਰ ਦਿੱਤਾ, ਤਾਂ ਉਹ ਨੰਬਰ 'ਤੇ ਤੁਸੀਂ ਕਾਲ ਕਰਕੇ ਉਹਨਾਂ ਨੂੰ ਕਹਿ ਸਕਦੇ ਵੀ ਸਾਨੂੰ 210 ਰੁਪਏ ਜਿਹੜਾ ਤੁਹਾਨੂੰ ਕਿਤਾਬਾਂ ਦਾ ਮਿਲਦਾ ਹੁੰਦਾ ਜੀ ਉਹ ਨਹੀਂ ਮਿਲੇ ਆ, ਤਾਂ ਤੁਹਾਨੂੰ ਉਹ ਮਿਲ ਜਾਣਾ। ਵੀ ਹੁਣ ਜਿਵੇਂ ਪਹਿਲਾਂ ਤੁਸੀਂ ਉਹਦੇ ਨਾਲ ਇਕੱਲੀਆਂ ਕਿਤਾਬਾਂ ਹੀ ਲੈ ਸਕਦੇ ਤੇ, ਪਰ ਹੁਣ ਜਿਹੜਾ ਤੁਹਾਨੂੰ ਪੋਸਟ 'ਤੇ ਜਾ ਕੇ ਹੀ ਤੁਹਾਨੂੰ ਉਹ ਕੈਸ਼ ਮਿਲਣਾ, ਜਿਹੜੇ ਪੈਸੇ ਮਿਲਣੇ ਆ 210 ਰੁਪਏ ਵੀ ਉਹ ਤੁਹਾਨੂੰ ਕੈਸ਼ ਮਿਲ ਜਾਣੇ, ਕਿਉਂਕਿ ਤੁਸੀਂ ਕਿਤਾਬਾਂ ਦਾ ਆਲਮੋਸਟ ਹੀ ਹੁਣ ਲੈ ਚੁੱਕੇ ਹਾਂ ਆਪਣੇ ਬੱਚਿਆਂ ਦੀਆਂ, ਤਾਂ ਉਹ ਪੈਸੇ ਤੁਹਾਨੂੰ ਵੀ ਹੁਣ ਤੁਸੀਂ ਉਹਦੇ ਨਾਲ ਇਕੱਲੇ ਵੋਚਰ ਵਗੈਰਾ ਨਹੀਂ ਮਿਲਣੇ ਹੈਗੇ, ਵੀ ਹੁਣ ਤੁਹਾਨੂੰ ਉਹ ਕੈਸ਼ ਦੇਣਗੇ ਪੈਸੇ, ਕਿਉਂਕਿ ਤੁਸੀਂ ਉਹ ਪੈਸੇ ਹੋਰ ਪਾਸੇ ਵੀ ਵਰਤ ਸਕਦੇ ਆ, ਪਰ ਜਿਹੜੇ ਪੈਸੇ ਹੁੰਦੇ ਆ ਜੀ ਉਹ ਤੁਹਾਨੂੰ ਕਿਤਾਬਾਂ ਜਿਵੇਂ ਲਿੱਤੀਆਂ ਤੁਸੀਂ ਆਪਣੇ ਬੱਚਿਆਂ ਦੀਆਂ, ਤਾਂ ਉਹੀ ਕਿਤਾਬਾਂ ਜਿਹਨਾਂ ਦੇ ਪੈਸੇ ਲੇਟ ਹੋਏ ਆ ਵੀ ਉਹੀ ਪੈਸੇ ਤੁਹਾਨੂੰ ਵਾਪਸ ਹੋਣ ਆਏ ਆ, ਤਾਂ ਉਹ ਤੁਸੀਂ ਪੋਸਟ 'ਤੇ ਜਾ ਕੇ ਹੀ ਆਪਣੇ ਪੈਸੇ ਲੈ ਸਕਦੇ ਆ। ਹੁਣ ਜਿਹੜਾ ਤੁਹਾਡਾ 210 ਰੁਪਏ ਮਿਲਣਾ ਉਹ ਪੋਸਟ 'ਤੇ 'ਚ ਹੁਣ ਤੁਹਾਨੂੰ ਮਿਲਣਾ। ਬਾਕੀ ਜੇ ਤੁਸੀਂ ਰੋਮਾ 'ਚ ਵੀ ਰਹਿੰਦੇ ਆ ਜੀ ਰੋਮਾ ਵਾਲਿਆਂ ਦੇ ਵੀ ਕਈ ਵੀਰਾਂ ਦੇ ਨੰਬਰ ਜਿਵੇਂ ਕੋਲਸ ਉਹ ਪੁੱਛ ਰਹੇ ਸੀਗੇ ਵੀ ਜਿਹੜੇ ਨੰਬਰ ਆ ਜੀ ਇਹ ਰੋਮਾ ਦੇ ਲਈ ਵੀ ਇਹ ਉਹੀ ਨੰਬਰ ਆ, ਤਾਂ ਹਾਂ ਜੇ ਤੁਸੀਂ ਜਿਵੇਂ ਰੋਮਾ 'ਚ ਰਹਿੰਦੇ ਆ ਤਾਂ ਤੁਹਾਨੂੰ ਉਹ ਹੋਰ ਨੰਬਰ ਵੀ ਦੇ ਸਕਦੇ ਆ। ਤੁਸੀਂ ਇੱਕ ਵਾਰੀ ਸੰਪਰਕ ਉਹਨਾਂ ਨਾਲ ਜ਼ਰੂਰ ਕਰਿਓ ਜੀ ਉਹ ਨੰਬਰ 'ਤੇ ਇੱਕ ਵਾਰੀ ਕਾਲ ਕਰਕੇ ਪੁੱਛ ਲਿਓ, ਕਈ ਵਾਰੀ ਤੁਸੀਂ ਆਪਣਾ ਦੱਸ ਦਿਓ ਵੀ ਤੁਸੀਂ ਕਿਹੜੀ ਸਟੇਟ ਦੇ ਵਿੱਚ ਰਹਿ ਰਹੇ ਆ, ਤਾਂ ਉਹਦੇ ਹਿਸਾਬ ਨਾਲ ਤੁਹਾਨੂੰ ਉਹ ਸਟੇਟ ਦਾ ਨੰਬਰ ਦੇ ਦੇਣਗੇ। ਜੇ ਮੰਨੋ ਜੀ ਹੁਣ ਆਪਾਂ ਨੂੰ ਜਿਹੜੀ ਇਹ ਜਾਣਕਾਰੀ ਆ ਵੀ ਇਹ ਆਪਾਂ ਲੰਬਾਰਦੀਆ ਦੇ ਲਈ ਆ, ਵੀ ਆਪਾਂ ਜਿਹੜੀ ਸਾਰੇ ਲੰਬਾਰਦੀ ਵਾਲੇ ਆ ਵੀ ਜਿਹੜੇ ਬ੍ਰੇਸ਼ ਜਾਂ ਲੰਬਾਰਦੀਆ ਮਿਲਾਨ ਵੀ ਜਿਵੇਂ ਇਹਦੇ ਵਿੱਚ ਆ ਜਾਂਦੇ ਆ, ਤਾਂ ਉਹਨਾਂ ਦੇ ਲਈ ਆ।
ਅਤੇ ਮੰਨੋ ਜੇ ਹੁਣ ਇਹਦੇ ਵਿੱਚ ਆਪਾਂ ਨੂੰ ਕੋਈ ਮੈਂ ਪੱਕਾ ਤੁਹਾਨੂੰ ਸ਼ੋਰ ਨਹੀਂ ਕਹਿ ਸਕਦਾ ਵੀ ਹਾਂ ਜੇ ਤੁਸੀਂ ਰੋਮ ਦੇ ਵਿੱਚ ਵੀ ਰਹਿੰਦੇ ਹਾਂ ਤਾਂ ਤੁਹਾਨੂੰ ਉਹੀ ਨੰਬਰ 'ਤੇ ਕਾਲ ਕਰਕੇ ਵੀ ਤਾਂ ਹੀ ਪੈਸੇ ਆ ਜਾਣਗੇ, ਤਾਂ ਤੁਸੀਂ ਜੇ ਤੁਹਾਡੇ ਰੋਮ ਦੇ ਵਿੱਚ ਰਹਿੰਦੇ ਹਾਂ ਤਾਂ ਤੁਹਾਨੂੰ ਕਾਲ ਕਰਨੀ ਜ਼ਰੂਰ ਚਾਹੀਦੀ ਆ ਜੀ। ਉਹ ਨੰਬਰ 'ਤੇ ਤੁਸੀਂ ਕਾਲ ਕਰਕੇ ਪੁੱਛ ਲਓ ਵੀ ਅਸੀਂ ਇੱਥੇ ਰਹਿੰਦੇ ਹਾਂ, ਉਹਨਾਂ ਨੂੰ ਐਡਰੈਸ ਦੇ ਦਿਓ। ਹੋ ਸਕੇ ਜੀ ਤੁਹਾਨੂੰ ਉਹ ਨੰਬਰ ਜਿਵੇਂ ਰੋਮ ਵਾਲਿਆਂ ਲਈ ਕੋਈ ਵੱਖਰਾ ਹੋਵੇ, ਤੁਹਾਨੂੰ ਉਹ ਨੰਬਰ ਉਹ ਦੇ ਦੇਣ ਵੀ ਹਾਂ ਤੁਸੀਂ ਇਹ ਨੰਬਰ 'ਤੇ ਕਾਲ ਕਰੋ ਅਤੇ ਜਿਹੜੇ ਤੁਹਾਡੇ ਪੈਸੇ ਆ ਵੀ ਉਹ ਬੱਚਿਆਂ ਦੇ ਮਿਲ ਜਾਣਗੇ। ਬਾਕੀ ਜਿਹੜੇ ਵੀਰ ਇਹ ਵੀਡੀਓ ਨੂੰ ਪਹਿਲੀ ਵਾਰੀ ਹੁਣ ਆਪਣੇ ਨੂੰ ਜਿਵੇਂ ਸੁਣ ਰਹੇ ਹਾਂ ਵੀ ਜਿਨ੍ਹਾਂ ਨੇ ਪਿਛਲੀ ਵੀਡੀਓ ਨਹੀਂ ਸੁਣੀ ਹੈਗੀ ਤਾਂ ਤੁਸੀਂ ਉਹ ਵੀਡੀਓ ਸੁਣ ਕੇ ਸਾਰੀ ਗੱਲਬਾਤ ਸਮਝੋਗੇ ਵੀ ਕਿਹੜੀ ਗੱਲ ਦੀ ਆਪਾਂ ਗੱਲਬਾਤ ਕਰ ਰਹੇ ਹਾਂ ਤੁਹਾਡੇ ਨਾਲ। ਅਤੇ ਬਾਕੀ ਜਿਹੜੇ ਹੁਣ ਆਪਾਂ ਨਵੇਂ ਕਾਨੂੰਨਾਂ ਦੀ ਗੱਲ ਕਰੀਏ ਤਾਂ ਜਿਹੜੇ ਰੈਸਟੋਰੈਂਟ ਅਤੇ ਬਾਰ ਵਾਲੇ ਆ ਤਾਂ ਉਹ ਵੀ ਹੁਣ ਸਰਕਾਰ ਨਾਲ ਕਾਫੀ ਜ਼ਿਆਦਾ ਗਿਲੇ ਸ਼ਿਕਵੇ ਕਰ ਰਹੇ ਆ ਵੀ ਜਿਹੜਾ ਉਹਨਾਂ ਦੀ ਟਾਈਮਿੰਗ 'ਚ ਵੀ ਹੁਣ ਵੀ ਇਹਨਾਂ ਨੇ ਘਟਾ ਦਿੱਤੀ ਗਈ ਆ ਵੀ ਸਾਡੇ ਨਾਲ ਹੀ ਜਿਹੜਾ ਇਹਨਾਂ ਨੇ ਵੈਰ ਬੰਨਿਆ ਹੋਇਆ ਉਹ ਵੀ ਸਰਕਾਰ ਤੋਂ ਕਾਫੀ ਜ਼ਿਆਦਾ ਹੀ ਨਾ ਖੁਸ਼ ਆ। ਅਤੇ ਬਾਕੀ ਹੁਣ ਦੇਖਦੇ ਹਾਂ ਜੇ ਮਾੜੀ ਮੋਟੀ ਕੋਈ ਤਬਦੀਲੀ ਆਉਣੀ ਹੋਈ ਤਾਂ ਜਿਹੜੀ ਅਗਲੇ ਜਿਹੜਾ ਹੁਣ ਅੱਜ ਜਿਹੜਾ DPCM ਸੀਗਾ ਜੀ ਅੱਜ ਜਿਵੇਂ ਉਹਦੇ ਕਲਰਸ ਵਗੈਰਾ ਜਾਂ ਕੋਈ ਹੋਰ ਅਪਡੇਟ ਆਉਣੀ ਹੋਈ ਤਾਂ ਅੱਜ ਹੀ ਪਤਾ ਲੱਗ ਜਾਣੀ ਜਾਂ ਫਿਰ ਕੱਲ੍ਹ ਥਾਈਂ ਜਿਹੜਾ ਜੀ ਸਾਰਾ ਫਾਈਨਲ ਹੋ ਜਾਣਾ। ਅਤੇ ਬਾਕੀ ਮਿਲਦੇ ਹਾਂ ਆਪਾਂ ਫਿਰ ਤੁਹਾਨੂੰ ਕੱਲ੍ਹ ਦੀ ਵੀਡੀਓ ਦੇ ਵਿੱਚ ਅਗਲੀ ਅਪਡੇਟ ਦੇ ਨਾਲ। ਠੀਕ ਆ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।